ਕਫਨ ਦੇ ਵਿੱਚ ਚੂਹਾ ਡਿੱਗਿਆ ਤੇ ਇਹਦੇ ਹੀ ਉਹਨਾਂ ਨੇ ਮਿੱਠੋ ਘਿਓ ਬਣਵਾਤਾ ਮੈਂ ਹੀ ਬਣਾਇਆ ਜੀ ਘਿਓ ਚੁਪਲੀ ਚੁਪਲੀ ਡਿੱਗ ਜਾਂਦੀ ਕਈ ਮੌਕੇ ਜਿਹੜਾ ਖਰਾਬ ਪਨੀਰ ਹੁੰਦਾ ਜੀ ਉਹਨੂੰ ਫਿਰ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਵਿੱਚ ਪਨੀਰ ਦੇ ਵਿੱਚ ਮਿਲਾਵਟ ਤਾਂ ਜੀ ਹੋ ਗਏ ਉਹਨਾਂ ਨੂੰ ਤਿੰਨ ਚਾਰ ਸਾਲ ਪਹਿਲਾਂ ਤੁਸੀਂ ਕਰਦੇ ਸੀ ਕਿਉਂ ਜੀ ਮੇਰੇ ਤੋਂ ਪਹਿਲਾਂ ਜਿਹੜਾ ਬੰਦਾ ਲੱਗਿਆ ਸੀਗਾ ਉਹ ਵੀ ਮੈਨੂੰ ਇੱਦਾਂ ਹੀ ਕਹਿੰਦਾ ਹੀ ਕਹਿੰਦਾ ਤੂੰ ਬਸ ਕੰਮ ਕਰੀ ਚੱਲ ਇੱਦਾਂ ਹੀ ਹੋ ਰਿਹਾ ਪਹਿਲਾਂ ਤੋਂ ਮੱਖਣ ਦੇ ਵਿੱਚ ਚੂਹਾ ਡਿੱਗਿਆ ਤੇ ਇਹਦੇ ਹੀ ਉਹਨਾਂ ਨੇ ਮਿੱਠੋ ਘਿਓ ਬਣਵਾਤਾ ਮੈਂ ਹੀ ਬਣਾਇਆ ਜੀ ਘਿਓ ਇਹਦਾ ਤੇ ਘਿਓ ਦੇ ਵਿੱਚ ਜੀ ਡਾਲਡਾ ਪਾਉਂਦੇ ਆ ਪਾਊਡਰ ਪਾਉਂਦੇ ਆ ਜੀ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਪਾਊਡਰ ਪਾਉਂਦੇ ਆ ਪਾਇਆ ਹੋਇਆ ਜੀ ਪਿੱਛੇ ਪੂਰੇ ਚਿਪਕਲੀ ਚਿਪਕਲੀ ਡਿੱਗ ਜਾਂਦੀ ਕਈ ਮੌਕੇ ਜਿਹੜਾ ਖਰਾਬ ਪਨੀਰ ਹੁੰਦਾ ਜੀ ਉਹਨੂੰ ਫਿਰ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਵਿੱਚ ਪਨੀਰ ਦੇ ਵਿੱਚ ਜ਼ਿਆਦਾ ਪਨੀਰ ਖੱਟਾ ਨਾ ਹੋ ਜਾਏ ਦੇਰ ਤੋਂ ਕਰ ਰਹੇ ਆ ਮਿਲਾਵਟ ਤਾਂ ਜੀ ਹੋ ਗਏ ਇਹਨਾਂ ਨੂੰ ਤਿੰਨ ਚਾਰ ਸਾਲ ਪਹਿਲਾਂ ਤੁਸੀਂ ਕਰਦੇ ਸੀ ਕਿਉਂ ਜੀ ਮੇਰੇ ਤੋਂ ਪਹਿਲਾਂ ਜਿਹੜਾ ਬੰਦਾ ਲੱਗਿਆ ਸੀਗਾ ਉਹ ਵੀ ਮੈਨੂੰ ਇੱਦਾਂ ਹੀ ਕਹਿੰਦਾ ਹੀ ਕਹਿੰਦਾ ਤੂੰ ਬਸ ਕੰਮ ਕਰੀ ਚੱਲ ਇੱਦਾਂ ਹੀ ਹੋ ਰਿਹਾ ਪਹਿਲਾਂ ਤੋਂ ਵੀ ਕੰਮ ਕਰਦੇ ਕੰਮ ਤਾਂ ਜੀ ਉਹੀ ਇੱਕ ਦੋ ਬੰਦੇ ਲਾ ਲੈਂਦਾ ਜੀ ਇਹ ਆਪੀ ਮਿਲਾਵਟ ਕਰ ਦਿੰਦਾ ਜੀ ਟੀਨ ਮੰਗਾਏ ਹੋਏ ਆ ਇਹਨੇ ਡਾਲਡੇ ਦੇ ਘਿਓ ਦੇ ਵਿੱਚ ਪਾਉਂਦਾ ਜੀ ਵਧੀਆ ਘਿਓ ਨਹੀਂ ਵੇਚਦਾ ਗੰਦਾ ਹੀ ਘਿਓ ਵੇਚਦਾ ਜੀ ਰੇਟ ਤਾਂ ਜੀ ਕਦੇ ਨੀ ਪਈ ਪੈਂਦੀ ਸੀਗੀ ਇਹ ਪਿੱਛੇ ਵਾਲਾ ਜੀ ਸੈਟਲ ਬੰਦ ਕਰਾ ਦਿੰਦਾ ਸੀਗਾ ਪਿੱਛੇ ਵਾਲਾ ਸੈਟਲ ਬੰਦ ਕਰਾ ਦਿੰਦਾ ਜੀ ਕਹਿੰਦਾ ਨਹੀਂ ਨਹੀਂ ਜੀ ਇਹਦੇ ਕੋਲ ਤਾਂ ਜੀ ਹਲੇ ਦੋ ਕੁ ਬੰਦੇ ਕੰਮ ਕਰਦੇ ਆ ਤੇ ਕੰਮ ਕੁੰਮ ਕਰਾ ਲੈਂਦਾ ਜੀ ਹਾਂਜੀ ਇੱਥੇ ਹੁੰਦੀ ਸੰਜੇ ਗਾਂਧੀ ਕਲੋਨੀ ਦੇ ਉੱਥੇ ਕੰਮ ਕੀ ਕਰਦਾ ਹੈ ਕੰਮ ਜੀ ਡੈਡੀ ਦਾ ਹੈਗਾ ਜੀ ਡੈਡੀ ਦੀ ਆੜ ਦੇ ਵਿੱਚ ਸਾਰਾ ਧੰਦਾ ਕਰਦਾ ਹਾਂਜੀ ਮੱਖਣ ਦੇ ਵਿੱਚ ਚੂਹਾ ਡਿੱਗਿਆ ਤੇ ਇਹਦੇ ਹੀ ਉਹਨਾਂ ਨੇ ਮਿੱਠੋ ਘਿਓ ਬਣਵਾਤਾ ਮੈਂ ਹੀ ਬਣਾਇਆ ਜੀ ਘਿਓ ਚੁਪਲੀ ਚੁਪਲੀ ਡਿੱਗ ਜਾਂਦੀ ਕਈ ਮੌਕੇ ਜਿਹੜਾ ਖਰਾਬ ਪਨੀਰ ਹੁੰਦਾ ਜੀ ਉਹਨੂੰ ਫਿਰ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਵਿੱਚ ਪਨੀਰ ਦੇ ਵਿੱਚ ਮਿਲਾਵਟ ਤਾਂ ਜੀ ਹੋ ਗਏ ਇਹਨਾਂ ਨੂੰ ਤਿੰਨ ਚਾਰ ਸਾਲ ਪਹਿਲਾਂ ਤੁਸੀਂ ਕਰਦੇ ਸੀ ਕਿਉਂ ਜੀ ਮੇਰੇ ਤੋਂ ਪਹਿਲਾਂ ਜਿਹੜਾ ਬੰਦਾ ਲੱਗਿਆ ਸੀਗਾ ਉਹ ਵੀ ਮੈਨੂੰ ਇੱਦਾਂ ਹੀ ਕਹਿੰਦਾ ਹੀ ਕਹਿੰਦਾ ਤੂੰ ਬਸ ਕੰਮ ਕਰੀ ਚੱਲ ਇੱਦਾਂ ਹੀ ਹੋ ਰਿਹਾ ਪਹਿਲਾਂ ਤੋਂ ਮੱਖਣ ਦੇ ਵਿੱਚ ਚੂਹਾ ਡਿੱਗਿਆ ਤੇ ਇਹਦੇ ਹੀ ਉਹਨਾਂ ਨੇ ਮਿੱਠੋ ਘਿਓ ਬਣਵਾਤਾ ਮੈਂ ਹੀ ਬਣਾਇਆ ਜੀ ਘਿਓ ਇਹਦਾ ਤੇ ਘਿਓ ਦੇ ਵਿੱਚ ਜੀ ਡਾਲਡਾ ਪਾਉਂਦੇ ਆ ਪਾਊਡਰ ਪਾਉਂਦੇ ਆ ਜੀ ਦੁੱਧ ਦੇ ਵਿੱਚ ਪਾਊਡਰ ਪਾਉਂਦੇ ਆ ਪਾਇਆ ਹੋਇਆ ਜੀ ਪਿੱਛੇ ਪੂਰੇ ਚਿਪਕਲੀ ਚਿਪਕਲੀ ਡਿੱਗ ਜਾਂਦੀ ਕਈ ਮੌਕੇ ਜਿਹੜਾ ਖਰਾਬ ਪਨੀਰ ਹੁੰਦਾ ਜੀ ਉਹਨੂੰ ਫਿਰ ਥੋੜ੍ਹਾ ਥੋੜ੍ਹਾ ਕਰਕੇ ਪਾਉਂਦੇ ਵਿੱਚ ਪਨੀਰ ਦੇ ਵਿੱਚ ਜ਼ਿਆਦਾ ਪਨੀਰ ਖੱਟਾ ਨਾ ਹੋ ਜਾਏ ਦੇਰ ਤੋਂ ਕਰ ਰਹੇ ਆ ਮਿਲਾਵਟ ਤਾਂ ਜੀ ਹੋ ਗਏ ਇਹਨਾਂ ਨੂੰ ਤਿੰਨ ਚਾਰ ਸਾਲ ਪਹਿਲਾਂ ਤੁਸੀਂ ਕਰਦੇ ਸੀ ਕਿਉਂ ਜੀ ਮੇਰੇ ਤੋਂ ਪਹਿਲਾਂ ਜਿਹੜਾ ਬੰਦਾ ਲੱਗਿਆ ਸੀਗਾ ਉਹ ਵੀ ਮੈਨੂੰ ਇੱਦਾਂ ਹੀ ਕਹਿੰਦਾ ਹੀ ਕਹਿੰਦਾ ਤੂੰ ਬਸ ਕੰਮ ਕਰੀ ਚੱਲ ਇੱਦਾਂ ਹੀ ਹੋ ਰਿਹਾ ਪਹਿਲਾਂ ਤੋਂ ਵੀ ਕੰਮ ਕਰਦੇ ਕੰਮ ਤਾਂ ਜੀ ਉਹੀ ਇੱਕ ਦੋ ਬੰਦੇ ਲਾ ਲੈਂਦਾ ਜੀ ਇਹ ਆਪੀ ਮਿਲਾਵਟ ਕਰ ਦਿੰਦਾ ਜੀ ਟੀਨ ਮੰਗਾਏ ਹੋਏ ਆ ਇਹਨੇ ਡਾਲਡੇ ਦੇ ਘਿਓ ਦੇ ਵਿੱਚ ਪਾਉਂਦਾ ਜੀ ਵਧੀਆ ਘਿਓ ਨਹੀਂ ਵੇਚਦਾ ਗੰਦਾ ਹੀ ਘਿਓ ਵੇਚਦਾ ਜੀ ਰੇਟ ਤਾਂ ਜੀ ਕਦੇ ਨੀ ਪਈ ਪੈਂਦੀ ਸੀਗੀ ਇਹ ਪਿੱਛੇ ਵਾਲਾ ਜੀ ਸੈਟਲ ਬੰਦ ਕਰਾ ਦਿੰਦਾ ਸੀਗਾ ਪਿੱਛੇ ਵਾਲਾ ਸੈਟਲ ਬੰਦ ਕਰਾ ਦਿੰਦਾ ਜੀ ਕਹਿੰਦਾ ਨਹੀਂ ਨਹੀਂ ਜੀ ਇਹਦੇ ਕੋਲ ਤਾਂ ਜੀ ਹਲੇ ਦੋ ਕੁ ਬੰਦੇ ਕੰਮ ਕਰਦੇ ਆ ਤੇ ਕੰਮ ਕੁੰਮ ਕਰਾ ਲੈਂਦਾ ਜੀ ਹਾਂਜੀ ਇੱਥੇ ਹੁੰਦੀ ਸੰਜੇ ਗਾਂਧੀ ਕਲੋਨੀ ਦੇ ਉੱਥੇ ਕੰਮ ਕੀ ਕਰਦਾ ਹੈ ਕੰਮ ਜੀ ਡੈਡੀ ਦਾ ਹੈਗਾ ਜੀ ਡੈਡੀ ਦੀ ਆੜ ਦੇ ਵਿੱਚ ਸਾਰਾ ਧੰਦਾ ਕਰਦਾ ਹਾਂਜੀ।